ਅੱਜ ਦਾ ਲਾਸਟ ਮੈਚ ਬਠਿੰਡਾ ਵਰਸਸ ਤਰਨਤਾਰਨ ਬਹੁਤ ਤਕੜਾ ਦੇਖਣ ਯੋਗ ਆ। ਵੇਖਿਆ ਜਾਇਓ ਬਠਿੰਡਾ ਵਰਸਸ ਤਰਨਤਾਰਨ, ਰੈਫਰੀ ਸੇਮ ਰਹਿਣਗੇ। ਰੈਫਰੀ ਜਲਦੀ ਸ਼ੁਰੂ ਕਰਾਓ, ਜਲਦੀ ਚੱਲ ਤੂੰ ਵਿਸਲ ਮਾਰ ਕੇ ਰੱਖਣਾ ਟਾਸ। ਧੰਨਵਾਦ। ਉਧਰ ਮੈਦਾਨ ਵਿੱਚ ਜਿਹੜਾ ਮੈਚ ਖੇਡਿਆ ਗਿਆ ਜਲੰਧਰ ਵਰਸਸ ਮੁਕਤਸਰ ਮਾਨਸੇ ਦਾ ਜਿਹੜਾ ਮੈਚ ਖੇਡਿਆ ਗਿਆ, ਜਲੰਧਰ ਦੇ ਪੁਆਇੰਟ 32 ਦਰਸ਼ ਵੀਰੋ, ਜਲੰਧਰ ਦੀ ਟੀਮ ਆ ਜੇਤੂ ਟੀਮ ਆ, ਮੁਕਤਸਰ ਦੇ ਪੁਆਇੰਟ ਨੇ 22, ਜਲੰਧਰ ਦੀ ਟੀਮ ਬਾਜੀ ਮਾਰ ਗਈ ਆ। ਇਹਨਾਂ ਖੇਡ ਮੈਦਾਨਾਂ ਵਿੱਚ ਸਤਿਕਾਰ ਕਰਾਂਗੇ ਜੂਕੇ ਵਾਲੇ ਵੀਰ ਜਵਾਨੀਆਂ ਮਾਨਣ, ਪਰਮਾਤਮਾ ਦਿਨ ਰਾਤ ਚੌਗਣੀ ਤਰੱਕੀ ਬਾਸ਼ਰ ਇਹਨਾਂ ਸਾਰੇ ਵੀਰਾਂ ਨੂੰ, ਸਾਡੇ ਜ਼ਿੰਦਗੀ ਦੇ ਸਤਿਕਾਰਯੋਗ ਵੀਰਾ ਅਮਰੀਕ ਘੁੱਦੇ ਦਾ ਵੀ ਵੱਡਾ ਆਪਾਂ ਸਤਿਕਾਰ ਕਰਦੇ ਸਾਡੀ ਜ਼ਿੰਦਗੀ ਦਾ, ਪਰ ਮਿੱਤਰਾ ਸਾਰੇ ਵੀਰ ਸਤਿਕਾਰਯੋਗ ਜਰਨੈਲ ਸਿੰਘ ਜੈਲਾ ਆਪਣੇ ਸਮੇਂ ਦਾ ਮਹਾਨ ਕਬੱਡੀ ਖਿਡਾਰੀ। ਉਧਰ ਖੇਡ ਮੈਦਾਨ ਵਿੱਚ ਦਰਸ਼ਕ ਵੀਰ ਜਿਹੜਾ ਅਗਲਾ ਮੈਚ ਆ ਇਹ ਵੀ ਸਿਰੇ ਦਾ ਖੇਡਿਆ ਜਾਣਾ, ਜ਼ਿਲ੍ਹੇ ਤਰਨਤਾਰਨ ਦੀ ਟੀਮਾਂ ਦੇ ਵਿਚਕਾਰ ਤੇ ਕਹਿੰਦੇ ਬਠਿੰਡੇ ਦੀ ਟੱਕਰ ਹੋਣੀ ਆ। ਖੇਡ ਮੈਦਾਨ ਵਿੱਚ ਆ ਗਿਆ ਖਿਡਾਰੀ, ਕਿਵੇਂ ਖਿੱਚ ਕੇ ਤਿਆਰੀਆਂ, ਮਿਹਨਤਾਂ ਦੇ ਨਾਲ ਕਿਵੇਂ ਵਾਢੀਆਂ ਸ਼ਿੰਗਾਰੀਆਂ, ਲੱਗਣਾ ਮੈਦਾਨ ਵਿੱਚ ਜ਼ੋਰ ਝੋਟੀ ਅੱਡੀ ਦਾ, ਕੌਡੀ ਤਹੀਰਾ ਬਣ ਜੇ ਜਿਹਨੂੰ ਲੱਗ ਜਾ ਕਬੱਡੀ ਦਾ। ਅਮਰਜੀਤ ਜਲਦੀ ਇਸੇ ਗਰਾਊਂਡ ਤੇ ਆਓ, ਮੈਂ ਚਾਲੂ ਕਰੋ, ਚਲੋ ਜਲਦੀ ਚੱਲ ਵੀ ਕਰੋ। ਹੈਲੋ, ਲਓ ਮੈਦਾਨ ਦੇ ਵਿੱਚ ਜਿਹੜਾ ਕਹਿੰਦੇ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਹੈ, ਇੱਕ ਪਾਸੇ ਬਠਿੰਡੇ ਤਰਨ ਤਰਨ ਦੀ ਟੀਮ ਹੈ ਤੇ ਦੂਜੇ ਪਾਸੇ ਤਰਨ ਤਰਨ ਦੇ ਖਿਡਾਰੀ ਨੇ ਮੈਦਾਨ ਦੇ ਵਿੱਚ ਕਹਿੰਦੇ ਅੱਜ ਦੇ ਦਿਨ ਦਾ ਜਿਹੜਾ ਲਾਸਟ ਮੁਕਾਬਲਾ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ। ਹਾਂਜੀ ਆਜੋ ਲਕਸ਼ਮਣ ਲੱਗਣਾ, ਆਜੋ ਕਰਾ ਹੁਣ ਮਗਰ ਜੇ ਨਾ ਦਰਸ਼ਕ ਵੇਖੋ ਕਿੰਨੀ ਜੋਸ਼ ਦੇ ਨਾਲ ਬੈਠੇ ਆ ਤੇ ਕਮੈਂਟੇਟਰ ਵੀ ਕਰੀ ਜਾਂਦੇ ਆ, ਰੈਫਰੀ ਆਜੋ ਕਰਾ ਹਿੰਮਤ ਨਾਲ। ਮੈਨੂੰ ਪਤਾ ਖਾਣਾ ਬਹੁਤ ਔਖਾ ਪਰ ਹੁਣ ਕੱਪ ਤੇਰੇ ਲਾਉਣਾ ਕਿਉਂ, ਮੈਂ ਚਾਲੂ ਕਰਾਓ। ਲਓ ਮੈਦਾਨ ਦੇ ਵਿੱਚ ਜਿਸ ਪਲ ਦੇ ਵਿੱਚ ਮੈਂ ਖੜਾ ਉਧਰਲੇ ਪਾਸੇ ਬਠਿੰਡੇ ਦੇ ਗੱਭਰੂ ਨੇ ਕਿ ਬਠਿੰਡੇ ਵਾਲੇ ਰਫਲਾ ਰੱਖਣ ਦੇ ਸ਼ੌਕੀ, ਪਰ ਵਾਕਿਆ ਕਹਿੰਦੇ ਸਰੀਰ ਵੀ ਕਹਿੰਦੇ ਰੂਹ ਖੁਸ਼ ਹੋ ਜਾਂਦੇ ਜਦੋਂ ਗੱਭਰੂ ਮੈਦਾਨ ਦੇ ਵਿੱਚ ਕੱਪੜੇ ਉਤਾਰਦੇ ਨੇ। ਤਲਵਿੰਦਰ ਪੁੱਛੋ ਮੈਦਾਨ ਦੇ ਵਿੱਚ ਕਹਿੰਦੇ ਉਸ ਪਰਮਾਤਮਾ ਨੂੰ ਯਾਦ ਕਰ ਕਬੱਡੀ ਪਾ ਚੁੱਕੇ ਆ। ਉਧਰ ਚਾਰ ਕਹਿੰਦੇ ਗੱਭਰੂ ਮੈਦਾਨ ਦੇ ਵਿੱਚ ਤਿਆਰ ਖੜੇ ਨੇ, ਨਹੀਂ ਰੀਸਾਂ ਇਹਨਾਂ ਨੌਜਵਾਨਾਂ ਦੀਆਂ ਕਿ ਗੱਭਰੂ ਪੁੱਤ ਪੰਜਾਬ ਦੇ ਤੁਰਦੇ ਵੱਖਰੀ ਤੋਰ, ਕਹਿੰਦੇ ਉਧਰ ਵੇਖਦਾ ਨਹੀਂ ਰੀਸਾਂ। ਤਲਵਿੰਦਰ ਪੁੱਛੋ ਬੜਾ ਇੱਕ ਸ਼ਾਨਦਾਰ ਅੰਕੜੇ ਦਾ ਵਾਧਾ ਕਰ ਚੁੱਕਿਆ ਹੈ। ਬਈ ਕਬੱਡੀ ਪਾਓ ਜਲਦੀ, ਤਨ ਤਨ ਵਾਲਿਓ। ਲਓ ਮੈਦਾਨ ਦੇ ਵਿੱਚ ਕਹਿੰਦੇ ਤਰਨ ਤਨ ਦੀ ਧਰਤੀ ਦਾ ਹਰਜੀਤ ਤਰਨ ਤਨ ਦੇ ਗੱਬਾਬੂਹਾ ਨਗਰ ਪੈਂਦਾ ਹੈ ਇਸ ਹਰਜੀਤ ਨੌਜਵਾਨ ਦਾ, ਜਿਹਨੇ ਚਾਰ ਬੱਬਰ ਸ਼ੇਰਾਂ ਤੇ ਕਹਿੰਦੇ ਇਸ ਵੇਲੇ ਕਬੱਡੀ ਪਾ ਦਿੱਤੀ ਹੈ ਚੌਹਾਂ ਦੀ ਚੈਨ ਕਿ ਨਹੀਂ ਰੀਸਾਂ। ਬਾਕੀ ਮੁਕਾਬਲਾ ਸਖਤ ਹੈ, ਮੁਕਾਬਲਾ ਸਖਤ ਹੈ। ਉਧਰ ਜਸਵੰਤ ਸਿੰਘ ਜੀ ਖੜਗ ਕਹਿੰਦੇ ਅੰਕਾਂ ਦਾ ਜਿਹੜਾ ਲੇਖਾ ਜੋਖਾ ਕਰਦੇ ਨੇ, ਵਾਕਿਆ ਕੱਲ ਨੂੰ ਦੋ ਬੁਲਟ ਹੈ, ਵੇਖਦੇ ਆ ਕਿਹਦੇ ਹਿੱਸੇ ਜਿਹੜੇ ਬੁਲਟ ਆਉਣੇ ਨੇ। ਤੇ ਮੈਦਾਨ ਦੇ ਵਿੱਚ ਹਰਜੀਤ ਨੇ ਉੱਤਮ ਅੰਕੜੇ ਦਾ ਵਾਧਾ ਕੀਤਾ। ਚੱਲ ਵੀ ਗੱਭਰੂ ਆ ਪਾਵਰ ਕਬੱਡੀ। ਲਓ ਨੰਨੂ ਕਹਿੰਦੇ ਢੱਡਿਆਂ ਦੀ ਧਰਤੀ ਦਾ ਬੜਾ ਪਿਆਰਾ ਨਾਂ ਹੈ, ਕਹਿੰਦੇ ਢੱਡਿਆਂ ਦੀ ਧਰਤੀ ਦਾ ਨੰਨੂ ਇਸ ਵੇਲੇ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾ ਚੁੱਕਿਆ ਹੈ। ਨਹੀਂ ਰੀਸਾਂ, ਵਾਕਿਆ ਮੁਕਾਬਲਾ ਸਖਤ ਹੈ, ਵੱਧਦੇ ਹੋਏ ਧੌਲ ਤਫੇ, ਨਹੀਂ ਰੀਸਾਂ ਇਹਨਾਂ ਨੌਜਵਾਨਾਂ ਦੀਆਂ। ਵਾਹ ਵੀ ਵਾਹ ਕਿ ਪੁਆਇੰਟ ਵੇਖਦਿਆ ਕਿਹਦੇ ਹਿੱਸੇ ਜੁੜਦਾ, ਪੁਆਇੰਟ ਕਿਹਦੇ ਹਿੱਸੇ ਜੁੜਦਾ। ਲਓ ਪੁਆਇੰਟ ਕਹਿੰਦੇ ਜਾਫੀ ਦਾ ਹੋ ਗਿਆ,
ਵਾਈਟ ਕਹਿੰਦੇ ਯਾਫੀ ਦਾ ਹੋ ਗਿਆ, ਤਰਨ ਤਰਨ ਦਾ ਹੋ ਗਿਆ, ਬਾਜੂ ਬਾਜੂ ਹੋ ਗਿਆ। ਵਾਹ ਬਈ ਵਾਹ, ਨਹੀਂ ਰਿਹਾ ਕਿ ਮੈਦਾਨ ਦੇ ਵਿੱਚ ਇਹ ਰੇਸ਼ਮਾ ਕਹਿੰਦੇ ਚੰਬੇ ਦੀ ਧਰਤੀ ਦਾ ਰੇਸ਼ਮਾ, ਨਹੀਂ ਰੀਸਾ ਮੈਦਾਨ ਦੇ ਵਿੱਚ ਚੰਬੇ ਦੀ ਧਰਤੀ ਦਾ ਰੇਸ਼ਮ ਕਹਿੰਦੇ ਮੈਦਾਨ ਦੇ ਵਿੱਚ ਕਬੱਡੀ ਪਾ ਚੁੱਕਿਆ। ਉਧਰ ਜੀਤ ਹੈ, ਕੋਟਲੀ ਦੀ ਧਰਤੀ ਦਾ ਜੀਤ ਨਹੀਂ ਡੱਕ ਸਕਦਾ ਨੌਜਵਾਨ ਨੂੰ। ਵਾਕਿਆ ਕਹਿੰਦੇ ਰੇਸ਼ਮ ਦੀ ਖੜੀ ਉਂਗਲ ਦੱਸਦੀ ਕਿ ਰਸ ਅੰਮੀ ਦੀ ਚੂਰੀ ਦਾ, ਬਾਪੂ ਕੁੱਟ ਬਦਾਮ ਖਵਾਉਂਦਾ, ਭੈਣ ਦੁੱਧ ਪਿਆਉਂਦੀ ਏ, ਛੋਟੇ ਤੋਂ ਕਰਵਾਉਂਦਾ ਪੰਮਿਆਂ ਉਂਗਲ ਖੜੀ ਹੀ ਰਹਿੰਦੀ ਏ, ਤਾਈਓ ਖਿੱਚ ਖਿੱਚ ਰੇਡਾ ਪਾਉਂਦਾ। ਲੰਮੇ ਵਿੱਚ ਕਹਿੰਦੇ ਅਗਲੀ ਚੂਰੀ ਪੈ ਗਈ ਹੈ, ਨਹੀਂ ਰਿਸਾ ਨੌਜਵਾਨਾਂ ਦੀਆਂ। ਸਿੱਖ ਸਰਦਾਰ ਮੈਦਾਨ ਦੇ ਵਿੱਚ ਕਹਿੰਦੇ ਵੱਧ ਕੇ ਟਰਾਈ ਕਰਦਾ ਵੱਟ ਜਿਹੜਾ ਹੈਪੀ ਦੇ ਹਿੱਸੇ ਹੈ। ਚੱਲ ਵੀ ਸੰਧੂਆ ਪਾ ਫਿਰ ਕਬੱਡੀ, ਕਹਿੰਦੇ ਸੰਧੂ ਪਰਿਵਾਰ ਦਾ ਹੀਰਾ ਮੱਖਣ ਨਾ ਹੈ ਉਸ ਨੌਜਵਾਨ ਦਾ, ਮੱਖਣ ਸੰਧੂ ਮੈਦਾਨ ਦੇ ਵਿੱਚ ਕਹਿੰਦੇ ਕਬੱਡੀ ਪਾ ਚੁੱਕੇ ਆ। ਚਾਰ ਗੱਭਰੂ ਬਠਿੰਡੇ ਵਾਲੇ ਕਹਿੰਦੇ ਤਿਆਰ ਖੜੇ ਉਸ ਨੌਜਵਾਨ ਨੂੰ ਡੱਕਣ ਲਈ। ਉੱਧਰ ਵੇਖਦੇ ਆ ਵੱਧ ਕੇ ਟਰਾਈ ਕੀਤੀ ਹੈ ਨੌਜਵਾਨ ਨੇ, ਨਹੀਂ ਰਿਸਾ ਪੁਆਇੰਟ ਕਹਿੰਦੇ ਮੱਖਣ ਦੇ ਹਿੱਸੇ ਹੈ, ਸੰਧੂ ਦੇ ਹਿੱਸੇ ਹੈ, ਮੱਖਣ ਸੰਧੂ ਦੇ ਹਿੱਸੇ ਹੈ। ਚੱਲ ਵੀ ਗੱਭਰੂ ਆ ਪਾ ਫਿਰ ਅਗਲੀ ਕਬੱਡੀ। ਲੋ ਕਰਨੀ ਭਾਈ ਰੁਪਏ ਦੀ ਧਰਤੀ ਦਾ ਕਰਨੀ ਨਾ ਹੈ ਇਸ ਨੌਜਵਾਨ ਦਾ, ਕਹਿੰਦੇ ਪਤਲਾ ਜਿਹਾ ਸਰੀਰ ਮੈਦਾਨ ਦੇ ਵਿੱਚ ਕਹਿੰਦੇ ਇਸ ਵੇਲੇ ਕਬੱਡੀ ਪਾ ਚੁੱਕਿਆ। ਉਧਰ ਚਾਰ ਗੱਭਰੂ ਕਹਿੰਦੇ ਤਿਆਰ ਬਰ ਤਿਆਰ ਨੇ, ਨਹੀਂ ਰੀਸਾ ਨੌਜਵਾਨ ਦੀਆਂ ਪੁਆਇੰਟ ਜਿਹੜਾ ਕਰਨੀ ਦੇ ਹਿੱਸੇ ਹੈ, ਇਸ ਗੱਭਰੂ ਦੇ ਹਿੱਸੇ ਹੈ, ਕਰਨੀ ਦੇ ਹਿੱਸੇ ਹੈ। ਚੱਲ ਵੀ ਨੌਜਵਾਨਾਂ ਪਾ ਫਿਰ ਅਗਲੀ ਕਬੱਡੀ। ਲਓ ਮੈਦਾਨ ਦੇ ਵਿੱਚ ਰੇਸ਼ਮ ਜਾਮਾ ਰਾਏ, ਪਹਿਲਾਂ ਕਹਿੰਦੇ ਚੱਬੇ ਵਾਲੇ ਨੇ ਕਬੱਡੀ ਪਾਈ ਹੈ, ਪਰ ਆ ਜਾਮਾ ਰਾਏ ਦੀ ਧਰਤੀ ਦਾ ਰੇਸ਼ਮ ਹੈ। ਵਾਕਿਆ ਨਹੀਂ ਰੀਸਾ ਅਨੰਦਪੁਰ ਸਾਹਿਬ ਸਪੋਰਟਸ ਕਲੱਬ ਯੂਕੇ ਜਿਨ੍ਹਾਂ ਨੇ ਕਹਿੰਦੇ ਵੱਡਾ ਉਪਰਾਲਾ ਹਰ ਸਾਲ ਕਰਦੇ ਨੇ, ਪਰ ਆਹ ਵੇਖਦੇ ਆ ਕਹਿੰਦੇ ਤੀਲੀ ਤੋਂ ਬਣ ਗਿਆ ਲੌਂਗ, ਲੌਂਗ ਤੋਂ ਕੋਕੇ ਵਾਲੀ ਗੱਲ ਹੋ ਗਈ ਹੈ। ਇਹ ਆ ਜੀਤ ਕੋਟਲੀ ਵਾਲਾ, ਕਹਿੰਦੇ ਕੋਟਲੀ ਦੀ ਧਰਤੀ ਦੇ ਜੀਤ ਨੇ ਜਾਮਾ ਰਾਏ ਦੇ ਕਹਿੰਦੇ ਇਸ ਵੇਲੇ ਰੇਸ਼ਮ ਨੂੰ ਡੱਕ ਦਿੱਤਾ ਹੈ। ਸ਼ਿਵ ਜੇ ਵਾਸ ਹੁੰਦਾ ਤਾਂ ਹੂਟਰ ਵਾਲੇ ਮਾਈਕ ਦੇ ਕੋਲ ਪਹੁੰਚ ਜਾਵੇ। ਸ਼ਿਵ ਮੈਦਾਨ ਦੇ ਵਿੱਚ ਕਹਿੰਦੇ ਫਿਰ ਤੋਂ ਅਗਲੀ ਕਬੱਡੀ ਪੈ ਗਈ ਹੈ, ਨਹੀਂ ਰੀਸਾ ਕਿ ਕਬੱਡੀ ਨਾਲ ਪੰਜਾਬੀਆਂ ਇਸ਼ਕ ਡਾਢਾ, ਜਿਵੇਂ ਮੱਖਣ ਮੱਕੀ ਦੀ ਰੋਟੀ ਨਾਲ ਸਾਗਦਾ ਏ, ਪੰਜਾਂ ਦਰਿਆਵਾਂ ਦੀ ਗੋਦ ਚੋਂ ਖੇਡ ਜਨਮੀ ਪੁੱਤਾਂ ਵਾਂਗੂ ਪੰਜਾਬੀ ਇਹਨੂੰ ਪਾਲਦਾ ਏ, ਜਿੱਥੇ ਜਾਵੇ ਗਏ ਉੱਥੇ ਨਾਲ ਲੈ ਗਏ, ਗਿੱਧਾ ਭੰਗੜਾ ਸ਼ੌਂਕ ਕਮਾਲਦਾ ਏ, ਤਾਈਓਂ ਵਿੱਚ ਪਰਦੇਸਾਂ ਵਿਣਕ ਤੱਕ ਲੈ ਕੇ ਟੌਰ ਪੰਜਾਬ ਦਾ ਠਾਠਾ ਪਿਆ ਮਾਰਦਾ ਏ। ਹੈਲੋ, ਆ ਦਰਸ਼ਕ ਵੀਰਾਂ ਨੂੰ ਬੇਨਤੀ ਆ ਵੀ ਭਲਾ ਹਨੇਰਾ ਘੱਟ ਦਿਖਦਾ ਪਰ ਟੈਕ ਜਾਓ ਨੇੜ ਗਰਾਊਂਡ ਦੇ ਅੰਦਰ ਨਾ ਆਇਓ, ਟੈਕ ਕੇ ਬੈਠ ਜਾਓ, ਕਿਉਂਕਿ ਜ਼ਿਆਦਾ ਦਰਸ਼ਕ ਮੈਨੂੰ ਪਤਾ ਤਰਨ ਤਾਰਨ ਦੇ ਆ, ਜ਼ਿਆਦਾ ਇੰਨੇ ਜੋਸ਼ 'ਚ ਨਹੀਂ ਆਉਣੇ, ਮੈਚ ਦੇਖੋ ਟੈਕ ਕੇ ਬੈਠੋ, ਕਦੇ ਨਾ ਹੋਵੇ ਜੋਸ਼ ਦੇ ਤੁਸੀਂ ਗਰਾਊਂਡ ਆ ਜਾਏ ਤਾਂ ਸਾਨੂੰ ਮੈਚ ਬੰਦ ਕਰਨਾ ਪਵੇ। ਪਿਛਲੇ ਸਾਲ ਵੀ ਤੁਸੀਂ ਗਰਾਊਂਡ 'ਚ ਵੜ ਗਏ ਸੀ, ਟੈਕ ਕੇ ਬੈਠੋ ਸਾਰੇ, ਧੰਨਵਾਦ ਕਰਦੇ ਹਾਂ ਤੁਹਾਡਾ, ਥੋੜ੍ਹਾ ਸਨਮਾਨ ਕਰਦੇ ਹਾਂ, ਪਰ ਬੇਨਤੀ ਆ ਕਿ ਟੈਕ ਕੇ ਬੈਠੋ, ਗਰਾਊਂਡ ਛੱਡ ਕੇ ਖੜੋ, ਧੰਨਵਾਦ। ਬਈ ਦਰਸ਼ਕੋ ਨੋਟ ਕਰਿਓ, ਇਹ ਸਪੋਰਟਸ ਕਲੱਬ ਵਾਲੇ ਹਰ ਸਾਲ ਆਉਂਦੇ ਨੇ ਤੁਹਾਡੇ ਲਈ ਮੇਲਾ ਕਰਵਾਉਂਦੇ ਆ, ਇਹਨਾਂ ਖਿਡਾਰੀਆਂ ਲਈ ਮੇਲਾ ਕਰਵਾਉਂਦੇ ਆ, ਤੁਹਾਡੇ ਲਈ ਮੇਲਾ ਕਰਵਾਉਂਦੇ ਆ, ਆਪਣੇ ਕਾਰੋਬਾਰ ਛੱਡ ਕੇ ਇੱਥੇ ਪੈਸੇ ਖਰਚਦੇ ਆ। ਪਲੀਜ਼ ਮੈਚਾਂ ਦਾ ਜਿਹੜਾ ਆਨੰਦ ਲਓ, ਜਿਹੜੀ ਲਾਈਨ ਹੈ ਗਰਾਊਂਡ ਵਾਲੀ ਇਹ ਛੱਡ ਦਿਓ ਪਲੀਜ਼। ਲਓ ਮੈਦਾਨ ਦੇ ਵਿੱਚ ਕਹਿੰਦੇ ਅਗਲੀ ਕਬੱਡੀ ਪੈ ਗਈ ਹੈ। ਲਓ ਰੇਸ਼ਮ ਚੱਬੇ ਦੀ ਧਰਤੀ ਦਾ ਮੈਦਾਨ ਦੇ ਵਿੱਚ ਕਬੱਡੀ ਪਾ ਚੁੱਕਿਆ ਹੈ, ਨਹੀਂ ਉਹ ਰੀਸਾ ਰੇਸ਼ਮਾ ਤੇਰੀਆਂ। ਉੱਧਰ ਕਹਿੰਦੇ ਹਰਦੀਪ ਸਿਆਣ ਕਹਿੰਦੇ ਜਿੱਥੇ ਖੜਗ ਜੀ ਹੋਰਾਂ ਦਾ ਬਣ ਜਾਏ ਉੱਥੇ ਹੀ ਮਾਖੇਡ ਕੁਸ਼ਤੀ ਲਈ ਵੀ ਕਹਿੰਦੇ ਵਧੀਆ ਲਿਖਦਾ, ਉੱਥੇ ਹੀ ਮੈਦਾਨ ਦੇ ਵਿੱਚ ਗੁਰਪ੍ਰੀਤ ਦੀ ਕਬੱਡੀ ਪਈ ਹੈ, ਗੁਰਪ੍ਰੀਤ ਸਿੱਖ ਸਰਦਾਰ ਮੈਦਾਨ ਦੇ ਵਿੱਚ, ਪਰ ਉੱਧਰ ਰਸਾਲਾ ਸਹਿਦੋ ਦੀ ਧਰਤੀ ਦਾ ਮੈਦਾਨ ਦੇ ਵਿੱਚ ਕਹਿੰਦੇ ਹਿੱਕ ਦੇ ਜ਼ੋਰ ਨਾਲ ਪੁਆਇੰਟ ਲੈ ਚੁੱਕੇ ਆ, ਨਹੀਂ ਰੀਸਾ ਨੌਜਵਾਨ ਦੀਆਂ ਹਿੱਕ ਦੇ ਜ਼ੋਰ ਨਾਲ ਕਹਿੰਦੇ ਰਸਾਲਾ ਸਹਿਦੋ ਵਾਲਾ ਪੁਆਇੰਟ ਜਿਹੜਾ ਉੱਤਮ ਅੰਕੜੇ ਦਾ ਵਾਧਾ ਕਰ ਚੁੱਕਿਆ। ਚੱਲ ਵੀ ਗੱਭਰੂ ਆ ਪਾ ਫਿਰ ਅਗਲੀ ਕਬੱਡੀ। ਲਓ ਮੈਦਾਨ ਦੇ ਵਿੱਚ ਮੱਖਣ ਕਹਿੰਦੇ ਸੰਧੂ ਪਰਿਵਾਰ ਦਾ ਹੀਰਾ ਅਗਲੀ ਕਬੱਡੀ ਪਾ ਚੁੱਕਿਆ,
चल भी संधुआ पा फिर अगली कबड्डी चौहान की चैन वाक उखड़ते हुए पब ते विसल रैफरी दी के पॉइंट जेड़ा तरन तरन के हिस्से है चल भी करनी आ पा फिर कबड्डी कहते डौले तिखणवाए हुए टैटू की गल अलग है मैदान करनी पतला जा शरीर नौजवान ने बामा खिलार कबड्डी पा दी है कि मेहनत करके मसल बनाए जौ पत्थर ते लीका मेहनत करके मसल बनाए जौ पत्थर ते लीका जोश जवानी रूप रंग दिया लोकी कंतरीफा नहीं हो रीसा वाह वी वाह एनू हैप्पी आखद चोला साहब की धरती का कहते भावे सुखमन की गल करिए चोला साहब की धरती का हैप्पी जिन्हें मैदान उत्तम अंकड़े का वाधा कर नहीं रीसा चल भी रेशमा पा फिर अगली कबड्डी कहते रेशम जामा राय की धरती का रेशम जिला कहते तरन तारन मैदान कबड्डी पा चुके है वाह वी वाह ते नाली नोट करो कहते तरन तारन ने पिछले साल जी टीम रनर अप रही है पर मैदान जामा राय की धरती का रेशम वाह वी वाह रेशमा नहीं रीसा तेरिया बबर शेर छीणिया मामा दे शेर पुत्रां दी गल हो रही है मैदान फिर तो कबड्डी पा चुके है नहीं रीसा तलविंदर ना है इस नौजवान का पुचों की धरती तलविंदर कहते बठिंडे एरिए जंपल ए बठिंडे जिले का जंपल मैदान एक पासे बठिंडा दूजे पासे तरन 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 के चार कहते नौजवान तैयार ने नहीं रीसा योर पूरा लग्या होया यार पूरी लगी हुई है ठाठा मारदा लोगों का इकट्ठ वाकई स्पोर्ट्स क्लब यूके वाले कहते पूरे खुश है क्योंकि मेला तो चोटी दाए कहते पहला जड़ा इनाम है नहीं यो रीसा पॉइंट हाफ मैच दे जी पहली ब्रेक हो चुकी है मैच पहली जी वाटर ब्रेक हो चुकी है दर्शकों फिर तो बेनती है भी जी लाइन आ प्लीज और छड़ दो लाइन छड़ दो प्लीज मुकाबला जोड़ा सख्त है चोटी का मुकाबला मैदान जोड़ा हो रहा है शिव ए मैक चेक करके देखी हैलो करता है शिव भाई शिव शिव जी आवाज सुनता शिव मैक चेक करी एक बारी अपने वाला लो मैदान दे बिच कहिंदे मैक चेक करके देख हूटर वाला हैलो करके हेलो ठीक है ओके 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 लो मैदान दे विच कहिंदे इस वेले हरजीत गब्बो दा कहिंदे इस वेले कबड्डी पच गया नहीं ओ रीसा उधर जीत है कोटली वाला जीत सिया के उड़ने सप सहेदा लक शेर दा नक कबूतर चीने फड़ने भी औखे नहीं बड़े औखे है फड़ने लो मैदान दे विच इस वेले फिर तो कबड्डी पै गई है इस नौजवान की फिर तो कबड्डी पै गई है उधर तरन तरन दे चार जड़े गभरू तैयार बर तैयार ने इस नौजवान ढकन लई चार गभरू कहते पूरी तैयारी दे विच ने गगनी कहते इस वेले कबड्डी पा चुके है ये है गगनी बीबी वाले की धरती का जिन्हें उत्तम अंकड़े का वाधा किया चल भी नौजवान पा फिर अगली कबड्डी लो मैदान दे विच नहीं हो रीसा नौजवान दियां आ रेशम चब्बे की धरती का के गुंदमे शरीर वाले सुभा ने फकीर वाले बन गए ने हीरे यह खेड संसार दे चामा नाल वेखो गुंदमे शरीर शिंगार दे किसे ने बनाया जारो डौले उत्ते बाजवई रेशमा नहीं दीसा के रेशम उडू उडू करती जवानी मैदान दे विच उत्तम अंकड़े का वाधा कर चुके है चल भी घबरू आपा फिर अगली कबड्डी लो मैदान दे विच कहिंदे गोरे नशो रंग का मालिक अगली कबड्डी पा चुके है नन्नू ना है अस नौजवान का के नन्नू मैदान जी अगली कबड्डी पा चुके टड्डियां दी धरती का नन्नू मैदान खिलार बावा कबड्डी पा चुके है
उधर वेखद भी डबल टच का इशारा हो गया। पॉइंट जेड़ा नन्नू दे हिस्से है, पॉइंट जेड़ा नन्नू दे हिस्से है। चल भी नौजवाना के संधु परिवार का हीरा मक्खी कला नगर पैंदा इस नौजवान का। ए मखण इस वेले मैदान मखण संधु मक्खी कला का इस वे कबड्डी बच गया है। उधर वध के ट्राई की नौजवान ने, पर वेखांगे पॉइंट के हिस्से जुड़ता है कामया नहीं रिसा। पॉइंट जेड़ा रेडर दे हिस्से है, पॉइंट जेड़ा रेडर दे हिस्से है। वाह वी वाह, कहिंदे मुकाबला सख्त है, लोकी खुश ने, मुकाबला सख्त है। ते नाली करनी मैदान दे विच अगली कबड्डी पा चुकी है, करनी मैदान दे विच इस वेले करदा होया कबड्डी, कबड्डी मैदान दे विच वध्या होया है। वाकया गुंद में शरीर दे मालिक, उधर नौजवान ने बद के ट्राई की है। ए हैप्पी हैप्पी आ हट पिछे, अवेख तेरे पाड़े दी सरहद पार हो गई है, कि तेरे पाड़े दी सरहद पार हो गई है। रेशम यमाराज दी धरती दा रेशम उच्चा लम्मा कद मैदान शीरिया, अवेख कहिंदे रेशम ने कबड्डी पा दी है। यमाराज दी धरती दा रेशम चार गभरुआ ते बठिंडे वाले चार नौजवानों ते कबड्डी पा चुके हैं, पर वेखांगे किहदे नाल हथ जोड़िया होनी है, पॉइंट जिहड़ा किहदे हिस्से जुड़ता है। नहीं रीसा समा लहरिया की धरती का डकन की गल करता है। उधर वाह भी वाह, कहिंदे गल जान की होंदी है, वाक्य जान नाल जहान की गल होंदी है। पॉइंट जिहड़ा रेशम जामा रायपुर की धरती के हिस्से जुड़े है। चल भी गुरप्रीत स्यापा फिर अगली कबड्डी। लो गुरप्रीत मैदान अगली कबड्डी पा चुके है। उधर चौहान की चैन, इधर जसवंत सिंह जी खड़ के कहते लेखा जोखा करी जाते हैं, पर कहते मखण चिड़क होर ने पूरी जिहड़ियां कहते रैफर दियां रैफरियां दे पूरी जिहड़ियां ड्यूटियां लाइया हुई है। पर उधर गुरप्रीत 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 नहीं रिसा बाजू, कहते बाजू मैदान दे विच उधर कबड्डी। वाह भी वाह, वाकया कहिंदे बाजू बैंकां दी धरती दा मैदान दे विच उत्तम अंकड़े दा वाधा कर चुके हैं। चल भी नौजवाना पा फिर अगली कबड्डी। लो हरजीत इस वेले मैदान दे विच अगली कबड्डी पा चुके है। गग्गा वूहा दी धरती दा हरजीत, कहिंदे हरजीत मैदान दे विच कबड्डी पा चुके है। आओ वेखदे आ, नहीं रीसा गिल गिल कहिंदे मैदान दे विच नहीं डक सकिया इस नौजवान नूं, पॉइंट जिहड़ा हरजीत दे हिस्से है। बई 500 रुपया अमरीक सिंह जी सहोता प्याना कुदा आखते हैं, बाजू बैंकों लिए 500 रुपया कुदे भाजी होर वालों। पहला कहते गुरसेवक सिंह कुदू पहलवान के मान सम्मान किए, हूँ कहते बाजू बैंकों वाले का मान सम्मान किया। पर आ वेख कुदया कहते खेड प्यारी है इस नौजवान की, बड़ा उत्तम अंकड़े का वाधा कर चुके अपनी टीम ले ली। ते नाली आ नौजवान चब्बे की धरती का रेशम जिन्हें मैदान दे विच हुण कबड्डी पाई है। वाकया जगदिया हुई लाइटा ते भरमा इकट्ठ लोगों का आनंदपुर साहब स्पोर्ट्स क्लब यूके का 11वां कहिंदे जिहड़ा चैंपियनशिप का आपां वेखदे 8वां मैच अज दे दिन का अखीरला मैच आख दिए। मैदान दे विच ए है पूंदड़ की धरती का संदीप नहीं डक सकिया, नहीं डक सकिया। वाह वी वाह, आ रेशम चब्बे वाला कहते उत्तम अंकड़े का वाधा कर चुके है। चल भी गभरुआ कहते डौले ते खड़वाया होया बाज मैदान दे विच इस वेले गगनी नाए इस नौजवान का। ए बीबी परदी धरती का गगनी मैदान दे विच कबड्डी पा चुके है। ये कहते बठिंडे की धरती मैदान दे विच ए तरन तरन वाला नहीं रिसा नौजवान दिया बद के ट्राई की है मैदान दे विच। वाकया वेखांगे पॉइंट किहदे हिस्से जुड़ता है। समा थोड़ा रह गया सैकेंड, आए हाय वाह वी वाह, घर भुल गई मोड़ते आके लंबी सीटी मार मित्रा। एक कहते सीटियां बजी जानिया, पर आ वेखो कौन नौजवान कबड्डी पा चुके है।
कहिंदे मखण संधू परिवार दा इह मखण आ नौजवान उंज कहिंदे ना मखण पर कम भी मखणा वाले आ वाके मैदान दे विच मखण ते जीत कोटली नहीं रीसा जीत कहिंदे तेरे जफे प्यारे आ मखणा सैकंड नौ अठ सत छे पॉइंट संधू दा पॉइंट जिहड़ा मखण दा हो गया पॉइंट जिहड़ा मखण दा हो गया वाह वी वाह लो मैदान दे विच अद्धा समा जिहड़ा हो चुकिया है हाफ समा जिहड़ा हो चुकिया है प्लीज जिहड़े अंक ने सांझे कर लईए स्कोर वीर नूं बेनती है वीर अंक सांझे कर लईए तरन तारण ते बठिंडा मैदान दे विच अद्धे समे दा तक दा जिहड़ा मैच हुण तक हो चुकिया है अद्धा समा जिहड़ा बाकी है दोनों टीम साइड चेंज कर लियो प्लीज टीम साइड जी चेंज कर लैन तो कल सही 10 बजे इतने पहलवानों की कुश्तियां शुरू हो जाएगियां उथे ही सही समय नाल जे कबड्डी के मुकाबले भी शुरू हो जाने ध्यान दौ सही 10 बजे जो कल पहला मुकाबला शुरू हो जाएगा मैदान चलता हुआ मुकाबला लोग कहते साइडा जड़िया बदल गई ने तरन तारण की टीम जी इस वे गुरद्वारा साहब वाले पासे है चरण गंगा स्टेडियम वाले पासे है पर दूजे पासे कहिंदे इस वे बठिंडे की टीम है बठिंडे की टीम कहिंदे दूजे पासे पहुंच गई है लो मैदान कहिंदे कबड्डी पै गई है रेशम मैदान उत्तम अंकड़े का वाधा करता हुआ गल करिए बी अंकों की अद्धे समय तक जोड़े अंक से बठिंडा 10 तरन तरन भी अद्धो अद्ध का फर्क है मैदान चल भी गभरू आप अगली कबड्डी मैदान केंद्र इस वे नौजवान कबड्डी पा चुके हैं नन्नू ना है असि नौजवान का कि नन्नू ढंडिया की धरती का साइड हो जाओ तलेते आले साइड हो जाओ कहते नहीं रीसा जीत कोटली मैदान कहते हैप्पी चोला साहब नहीं डक सके इस नौजवान को मैदान अगली कबड्डी पाने लिए इस वे बिल्कुल तैयार है धरती मां नूं टेक मथा हरजीत कहते कबड्डी पा चुके है एक कहते बाजे खाने की धरती का हरजीत होया एक आ हरजीत कहते सोनी सिया मैदान कबड्डी पा चुके है गगो बूहे की धरती का हरजीत कहते नाल दी नाल जानकारी मेरे नाल सांझी करी जांदा है हरदीप सियाण है पूरा नाम कहिंदे कुश्ती सम्राट का संपादक है वाके पंजाब दे वखरे वखरे हिंदुस्तान दे मेलियां नूं कवर किया हरदीप सियाण ने पर मैदान दे विच करनी है सोले अगली कबड्डी पाउण लई तैयार बरतैयार है बठिंडे की धरती करनी मैदान दे विच अगली कबड्डी पाउण लई तैयार बरतैयार है चल भी गभरूआ ले फिर उस परंपरा परम पिता परमात्मा का नाम पा दे फिर कबड्डी उधर चार नौजवान खड़े ने तैयार बरतैयार के चार गभरू वेखदे कि हथ जोड़िया होनी है वेखदे अर्श चोला साहब की धरती का नहीं डक सके इस नौजवान चल भी गभरू आप फिर अगली कबड्डी लो रेशम चब्बे की धरती का अगली कबड्डी पा चुके है कि चब्बे की धरती का रेशम वाको शरीर वेख के कहते भुख लथदी पई है भुख लै जाती है ऐदा दे गभरुआं दे शरीर वेख के ये गुंदमे शरीरां दे मालक कीतियां मेहनत कहते इस वेले फल जिहड़ा मिलता नजर आता है रेशम चब्बा मैदान दे विच उत्तम अंकड़े का वाधा करता होया चल भी गभरुआ गुरप्रीत सिंह पाहर अगली कबड्डी लो मैदान कहते उत ही 7 नंबर किट के गिंदर भूरा भी कहते पूरा तैयार पर तैयार खड़ा है अर्श चोले की धरती का तैयार पर तैयार है पर वेखांगे कि हाथ जोड़िया कि होनी है ये तो गल समय की हो जानी है गल समय की हो जानी है वाकया मैदान अर्श चोला साहब की धरती का नहीं डक सके इस नौजवान चल भी गभरूआ कहते कबड्डी के स्टार मैदान कबड्डिया पाते ने जफे लाते ने अगली कबड्डी पाने इस वे कहते गभरू बच चुके हैं तरन तरन की धरती का नौजवान मैदान अगली कबड्डी पा चुके हैं उधर बठिंडे के चार जड़े नौजवान तैयार बर तैयार ने
ਮੱਗਾ ਨਾ ਹੈ ਕਹਿੰਦੇ ਪਿਆਰ ਨਾਲ ਮੱਗਾ ਆਖਦੇ ਆ ਇਸ ਨੌਜਵਾਨ ਨੂੰ ਵਕ ਜਿਸ ਗੱਭਰੂ ਨੇ ਹੁਣ ਮੈਦਾਨ ਦੇ ਵਿੱਚ ਉੱਤਮ ਅੰਕੜੇ ਦਾ ਵਾਧਾ ਕੀਤਾ ਚੱਲ ਵੀ ਨੌਜਵਾਨਾਂ ਪਾਵਰ ਅਗਲੀ ਕਬੱਡੀ ਲਓ ਮੈਦਾਨ ਦੇ ਵਿੱਚ ਤਲਵਿੰਦਰ ਕਹਿੰਦੇ ਪੁੱਚੋਂ ਦੀ ਧਰਤੀ ਦਾ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾ ਚੁੱਕੇ ਆ ਕਿ ਸੋਹਣੀ ਖੇਡ ਦੇ ਮਾਲਕ ਖੇਡ ਜਦੋਂ ਚੰਗੀ ਵਿਖਾਉਂਦੇ ਨੇ ਸੈਂਕੜਿਆਂ ਨਹੀਂ ਹਜ਼ਾਰਾਂ ਦਿਲਾਂ ਵਿੱਚ ਡੇਰੇ ਲਾਉਂਦੇ ਨੇ ਕਿ ਜਿਸ ਮੈਦਾਨ ਵਿੱਚ ਖੇਡਣ ਸੰਦਲੀ ਪੈੜਾਂ ਪਾ ਜਾਂਦੇ ਜਿੰਦ ਸਵਾੜਿਆ ਮਾਂ ਪਿਓ ਪਿੰਡ ਦਾ ਨਾਂ ਚਮਕਾ ਜਾਂਦੇ ਕਹਿੰਦੇ ਘੁੱਦੇ ਨੇ ਬਾਜੂ ਦਾ ਮਾਣ ਸਨਮਾਨ ਕੀਤਾ 500 ਦੇ ਨਾਲ ਕੋਈ ਗੱਲ ਨੀ ਕੋਈ ਗੱਲ ਨੀ ਮਿੱਤਰੋ ਕੋਈ ਗੱਲ ਨੀ ਬਾਜੂ ਆ ਜਾਓ ਕੋਈ ਗੱਲ ਨੀ ਇਹ ਮਾਂ ਖੇਡ ਕਬੱਡੀ ਹੈ ਕੋਈ ਗੱਲ ਨੀ ਬਚ ਬਚਾ ਕੇ ਕੋਈ ਦਿੱਕਤ ਨੀ ਆ ਜਾਓ ਲਓ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਲਈ ਜਾਮਾ ਰਾਏ ਦੀ ਧਰਤੀ ਦਾ ਰੇਸ਼ਮ ਉੱਚਾ ਲੰਮਾ ਗੱਭਰੂ ਮੈਦਾਨ ਦੇ ਵਿੱਚ ਕਬੱਡੀ ਪਾ ਚੁੱਕਿਆ ਹੈ ਉੱਚਾ ਲੰਮਾ ਗੱਭਰੂ ਮੈਦਾਨ ਦੇ ਵਿੱਚ ਕਬੱਡੀ ਪਾ ਚੁੱਕਿਆ ਹੈ ਉਧਰ ਚੌਹਾਂ ਦੀ ਚੈਨ ਤੇ ਪੁਆਇੰਟ ਕਹਿੰਦੇ ਰੇਸ਼ਮ ਜਾਮਾ ਰਾਏ ਦੀ ਧਰਤੀ ਦੇ ਹਿੱਸੇ ਜੁੜਦਾ ਹੋਇਆ ਇਸ ਗੱਭਰੂ ਦੇ ਹਿੱਸੇ ਤਰਨ ਤਰਨ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਚੱਲ ਵੀ ਨੌਜਵਾਨਾਂ ਪਾਵਰ ਅਗਲੀ ਕਬੱਡੀ ਲਓ ਮੈਦਾਨ ਦੇ ਵਿੱਚ ਕਹਿੰਦੇ ਅਗਲੀ ਕਬੱਡੀ ਗਗਨੀ ਨਾਏ ਇਸ ਨੌਜਵਾਨ ਦਾ ਪਿਆਰ ਨਾਲ ਗਗਨੀ ਆਖਦੇ ਹੈ ਜਿਸ ਗੱਭਰੂ ਨੇ ਮਾਰ ਪੱਟ ਤੇ ਥਾਪੀ ਅਗਲੀ ਕਬੱਡੀ ਪਾ ਦਿੱਤੀ ਹੈ ਉਧਰ ਚੌਹਾਂ ਦੀ ਚੈਨ ਹਾਲੇ ਟੱਚ ਨਹੀਂ ਹੋਇਆ ਕਹਿੰਦਾ ਹਾਲੇ ਟੱਚ ਨਹੀਂ ਹੋਇਆ ਮੈਦਾਨ ਦੇ ਵਿੱਚ ਇਸ ਵੇਲੇ ਪਈ ਹੋਈ ਕਬੱਡੀ ਤੇ ਨਾਲੀ ਵੇਖਦੇ ਆ ਪੁਆਇੰਟ ਜਿਹੜਾ ਕਿਹਦੇ ਹਿੱਸੇ ਜੁੜਦਾ ਹੈ ਲਓ ਪੁਆਇੰਟ ਤਰਨ ਤਰਨ ਦੇ ਹਿੱਸੇ ਹੈ ਇਹ ਆਰ ਸਾਲ ਸੈਦੋ ਦੀ ਧਰਤੀ ਦਾ ਜਿਹਨੇ ਮੈਦਾਨ ਦੇ ਵਿੱਚ ਉੱਤਮ ਅੰਕੜੇ ਦਾ ਵਾਧਾ ਕੀਤਾ ਚੱਲ ਵੀ ਗੱਭਰੂ ਆਪਾਂ ਫਿਰ ਅਗਲੀ ਕਬੱਡੀ ਲਓ ਹਰਜੀਤ ਕਹਿੰਦੇ ਗੱਗੋ ਬੂਹੇ ਦੀ ਧਰਤੀ ਦਾ ਮੈਦਾਨ ਦੇ ਵਿੱਚ ਉਸ ਪਰਮਾਤਮਾ ਦਾ ਲੈਣਾ ਕਬੱਡੀ ਪਾ ਚੁੱਕੇ ਆ ਕਿ ਮੱਝਾਂ ਸਾਲ ਸਾਲ ਚੁੰਗੀਆਂ ਨੇ ਬੁਰੀਆਂ ਮਾਂ ਨੇ ਕੁੱਟ ਕੁੱਟ ਕੇ ਖਵਾਈਆਂ ਮੈਨੂੰ ਚੂਰੀਆਂ ਜਦੋਂ ਲਾਈਦਾ ਗਰਾਊਂਡ ਵਿੱਚ ਗੇੜਾ ਐਵੇਂ ਨੀ ਤਾਰੀਫਾਂ ਹੁੰਦੀਆਂ ਨਾ ਬੋਲਦਾ ਸਪੀਕਰਾਂ ਚ ਮੇਰਾ ਐਵੇਂ ਨੀ ਤਾਰੀਫਾਂ ਹੁੰਦੀਆਂ ਲੋ ਪੁਆਇੰਟ ਹਰਜੀਤ ਦੇ ਹਿੱਸੇ ਆ ਕੱਲ ਨੂੰ ਸਹੀ 10 ਵਜੇ ਪਹਿਲਾ ਮੁਕਾਬਲਾ ਸੰਗਰੂਰ ਵਰਸਿਸ ਰੋਪੜ ਇਹ 3 ਜ਼ਿਲ੍ਹਿਆਂ ਦੀ ਟੀਮ ਹੈ ਰੋਪੜ ਮੋਹਾਲੀ ਫਤਿਹਗੜ੍ਹ ਸਾਹਿਬ ਤੇ ਦੂਜੇ ਪਾਸੇ ਸੰਗਰੂਰ ਕੱਲ ਨੂੰ ਸਹੀ 10 ਵਜੇ ਮੱਖਣ ਚਿੜਕ ਜੀ ਸਾਡੇ ਡੀਪੀ ਸਾਹਿਬ ਦੱਸਦੇ ਆ ਵੀ ਪਹਿਲਾ ਮੁਕਾਬਲਾ ਹੋ ਜਾਣਾ ਪਰ ਆ ਵੇਖਦਾ ਖੜਗ ਸਿਆ ਕਿ ਅਰਸ਼ ਚੋਲਾ ਸਾਹਿਬ ਦੀ ਧਰਤੀ ਦਾ ਇਹ ਹੈ ਅਰਸ਼ ਚੋਲਾ ਸਾਹਿਬ ਦੀ ਧਰਤੀ ਦਾ ਅਰਸ਼ ਜਿਹਨੇ ਉੱਤਮ ਅੰਕੜੇ ਦਾ ਵਾਧਾ ਕੀਤਾ ਹਲਕੀ ਜੀ ਮੁਸਕਰਾਹਟ ਹੈ ਕਹਿੰਦੇ ਜਿੱਤ ਤੋਂ ਬਾਅਦ ਜਿਹੜੀ ਆਉਂਦੀ ਹੈ ਉਹ ਮੁਸਕਰਾਹਟ ਹੈ ਚਿਹਰੇ ਤੇ ਇਹ ਹੈ ਅਰਸ਼ ਚੋਲਾ ਸਾਹਿਬ ਦੀ ਧਰਤੀ ਦਾ ਤੇ ਨਾਲੀ ਅਗਲੀ ਕਬੱਡੀ ਲਈ ਮੈਦਾਨ ਦੇ ਵਿੱਚ ਮੱਗਾ ਕਹਿੰਦੇ ਪਾ ਚੁੱਕੇ ਆ ਸਮੁੰਦਰ ਦੇ ਕਾਦਾ ਨੌਜਵਾਨ ਕਿ ਫੀਤਾ 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 ਮਾਹੀ ਮੇਰਾ ਨਿੱਕਾ ਜਿਹਾ ਮਸੋ ਖਿੱਚ ਕੇ ਬਰੋਬਰ ਕੀਤਾ ਵੇਖਦਿਆ ਕੌਣ ਖਿੱਚ ਕੇ ਬਰੋਬਰ ਕਰਦਾ ਮੱਗੇ ਨੂੰ ਪਰ ਮੱਗਾ ਕਹਿੰਦੇ ਤਰਨ ਤਰਨ ਦੀ ਆਖਦੇ ਵੀ ਜਾਏ ਹਏ ਵਾਕ ਅਗਰ ਮੱਗੇ ਦਾ ਅੰਦਾਜ਼ ਪਸੰਦ ਆਇਆ ਇੱਕ ਵਾਰ ਜ਼ੋਰਦਾਰ ਤਾੜੀਆਂ ਲਾ ਦਿਓ ਮੱਗੇ ਲਈ ਕਿਉਂਕਿ ਕਹਿੰਦੇ ਮੱਗੇ ਨੇ ਬੜੀ ਵਧੀਆ ਕਹਿੰਦੇ ਕਬੱਡੀ ਪਾਈ ਹੈ ਮੈਦਾਨ ਦੇ ਵਿੱਚ ਚੱਲ ਵੀ ਗੱਭਰੂ ਆਪਾਂ ਫਿਰ ਲੋ ਹਾਫ ਸਮੇਂ ਤੋਂ ਬਾਅਦ ਜਿਹੜੀ ਵਾਟਰ ਬ੍ਰੇਕ ਹੈ ਤੇ ਨਾਲ ਹੀ ਕੱਲ ਨੂੰ ਸਹੀ 10 ਵਜੇ ਜਿਹੜਾ ਪਹਿਲਾ ਮੁਕਾਬਲਾ ਹੋਏਗਾ ਰੋਪੜ ਮੋਹਾਲੀ ਫਤਿਹਗੜ੍ਹ ਸਾਹਿਬ ਦੀਆਂ 3 ਜ਼ਿਲ੍ਹਿਆਂ ਦੀ ਟੀਮ ਹੈ ਤੇ ਉਹਦੇ ਨਾਲ ਸੰਗਰੂਰ ਦੀ ਟੀਮ ਖੇਡੇਗੀ ਸਹੀ 10 ਵਜੇ ਲਓ ਮੈਦਾਨ ਦੇ ਵਿੱਚ ਲਓ ਮੈਦਾਨ ਦੇ ਵਿੱਚ ਕਹਿੰਦੇ ਕਬੱਡੀ ਪੈ ਗਈ ਹੈ ਉਧਰ ਸਰਦਾਰ ਦਲਮੇਖ ਸਿੰਘ ਜੀ ਖੱਟਣਾ ਸਾਡੇ ਸਕੱਤਰ ਸਾਹਿਬ ਇਹਨਾਂ ਮੈਚਾਂ ਦਾ ਆਨੰਦ ਲੈਂਦੇ ਨੇ ਪਈ ਹੋਈ ਗੁਰਪ੍ਰੀਤ ਦੀ ਕਬੱਡੀ
खट्टड़ा साहब सिंह कहते गुरप्रीत है बठिंडे लई मैदान विच गिंदर पूरा मैदान विच नहीं रिसा तेरा बारा पर कहता हट पिछे गिंदरा पॉइंट कहता मेरा है पॉइंट जरा गुरप्रीत है। अगली कबड्डी पा ली इस वे नौजवान मैदान बच चुके हैं सुख ना है इस नौजवान का वाह भी वाह कहते उंज ब्राजील आखते हैं पर सुख ना है इस गभरू का उधर डकने लिए भी गभरू तैयार बैठा सी ब्राजील गल मुश्किल बनाती खड़क सिया पर नहीं रीसा वाह भी वाह ये तो समा दसना है कि पॉइंट के दे हिस्से जुड़े है पॉइंट के दे रेडर दे हिस्से है सुख दे हिस्से है प्यार नाल कहिंदे ब्राजील आखदे इस नौजवान नूं ते नाल ही अगली कबड्डी लई करनी लो करनी कहिंदे मैदान दे विच गोरे नशो रंग का मालिक कबड्डी पा चुके है जहां की चैन कितने गिंदर भूरे की गल करिए अर्श की गल करिए पर नहीं रिसा आ नौजवान कहते मैदान डकन की गल करता है करनी नू पर पॉइंट जिहड़ा करनी दे हिस्से है पॉइंट जिहड़ा करनी दे हिस्से है चल भी नौजवान पावर कबड्डी लो ताड़ियां मार दो तुहाडा चेता मग्गा कहते मैदान कबड्डी पाउण लई बच चुके है चल भी मग्गिया प्यार कहते पुराने बजुर्गों ने रख्या होया ना है प्यार नाल मग्गा आखदा इस नौजवान जिन्हें हुण मैदान दे विच कबड्डी पाई है चौहां दी चैन उधर वेखो उंगल खड़ी है मगे दी मग्गिया लोकी तैनू पसंद करदे आ ताइयों कहिंदे किलकारियां वजदियां खुशी दियां जदों मग्गा एक उत्तम अंकड़े दा वादा करदा है चल भी नौजवाना पावर अगली कबड्डी लो गगनी कहिंदे मैदान दे विच बीबी वाल दी धरती दा गगनी मैदान दे विच अगली जिहड़ी कबड्डी पा चुके आ कलू सही 10 बजे पहला मुकाबला रोपड़ मोहाली फतेहगढ़ की टीम जी होगी वह संगरूर की टीम नाल खेडेगी सही 10 बजे पर मैदान दे विच नहीं रीसा पॉइंट जिहड़ा जाफी का है पॉइंट जिहड़ा इस गभरू का पॉइंट जिहड़ा काके ने अपनी टीम दे हिस्से लो मैदान दे विच कहिंदे काका कबड्डी पा चुके आ लोग कहते काके अगली कबड्डी पा दिती है वाकई मैदान मुकाबला जिहड़ा सख्त है उधर कहते सकिंटां की खेड है जिहड़ी तीह सकिंटां की खेड टाइमर कहते दस रहा भी समा जिहड़ा 12 सकिंट रह गए 10 9 8 7 6 5 4 3 पूरे कहते 27 सैकंड दे विच कबड्डी पा दिती है नौजवान ने 27 सैकंड दे विच कबड्डी पा दिती है ते नाल ही अगली कबड्डी लई मैदान दे विच नन्नू कहिंदे टंडियां दी धरती दा नन्नू मैदान दे विच अगली कबड्डी पा चुके है नहीं रीसा के सूरज भी अग बरसावे धुप्पां जेठते हर दियां तपदी जिवें तंदूरी रोटी इंज पिंडे नू सार दियां ओह माग विच छड्डा यारो निगर जाइयां दा सुखी ककराले वेख लै मुल मेहनतां लाइयां दा इह है चोला साहब दी धरती दा अर्श जिन्हें मैदान दे विच उत्तम अंकड़े का वाधा किया है अज दे इस मुकाबले दे विच तरन तरन की जिहड़ी टीम जेतू है तरन तरन की टीम जेतू सही 10 बजे कल जिहड़ा मुकाबले शुरू हो जाने है सारे ध्यान दिओ सतनाम अपने मैक ले जाओ टाइमर बंद कर मैदान जी तरन तरन की टीम जेतू रही है भाई कबड्डी 365 वाला वीर जे वास होंदा तां पिरते नूं मिले चीमिया वाले पिरते नूं स्टेज के सामने फिर तेनू मिले कबड्डी 365 वाला वीर वाह भी वाह तरन तरन वाले कहते पूरे खुश हैं ते नाली पौड़ी नहीं गिर
हेलो कुदा जरूर मर गया हेलो हेलो सिरे बहुत बहुत लगा भाई तेरा बहुत कामयाब रहा सिरा सिरे पार्टी कुदा जिन्हें भी आ यूके तो आए मेरे दोस्त मित्र हेलो